ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਤੁਹਾਡਾ ਸਪੈਸ਼ਲ ਰਿਪੋਰਟ ਦੇ ਵਿੱਚ ਬਹੁਤ ਨਿੱਘਾ ਸਵਾਗਤ ਹੈ ਜੀ। ਸੋ ਜਿਵੇਂ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ HS ਫੂਲਕਾ ਜੀ ਉਹਨਾਂ ਨੇ ਕਿਹਾ ਸੀ ਕਿ ਜੇ ਬਰਗਾੜੀ ਕਾਂਡ ਦੇ ਵਿੱਚ ਕੋਈ ਫੈਸਲਾ ਨਾ ਆਇਆ ਤਾਂ ਮੈਂ ਰਿਜ਼ਾਈਨ ਕਰ ਦਿਆਂਗਾ। ਸੋ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈ। ਸੋ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੂਲਕਾ ਸਾਹਿਬ ਜੀ, ਜੋ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਇਨਸਾਫ ਦੀ ਗੱਲ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿੱਥੇ ਹੋਈ ਆ ਉੱਥੇ ਬਸ ਬਹੁਤ ਭਾਰੀ ਇੱਕ ਮੋਰਚਾ ਲੱਗਾ ਹੋਇਆ, ਤੁਸੀਂ ਇਹ ਬਚਨ ਕੀਤਾ ਸੀਗਾ ਕਿ ਜੇ ਉਹਦਾ ਕੋਈ ਇਨਸਾਫ ਨਾ ਮਿਲਿਆ ਤਾਂ ਮੈਂ ਰਿਜ਼ਾਈਨ ਕਰ ਦਿਆਂਗਾ, ਔਰ ਤੁਸੀਂ ਰਿਜ਼ਾਈਨ ਕਰ ਦਿੱਤਾ ਆ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਜਦੋਂ ਇਹ ਵਿਧਾਨ ਸਭਾ 'ਚ ਬਹਿਸ ਹੋਈ ਸੀ 28 ਅਗਸਤ ਨੂੰ ਜੀ, ਉਦੋਂ ਬੜੀ ਲੰਬੀ ਚੌੜੀ ਬਹਿਸ ਹੋਈ ਤੇ ਇਹਨਾਂ ਦੇ ਸਰਕਾਰ ਦੇ 5 ਮੰਤਰੀਆਂ ਨੇ ਕਿਹਾ ਰਾਮ ਰਹੀਮ ਸਰੀ ਤੇ ਬਾਦਲ ਦੇ ਖਿਲਾਫ਼ ਖਿੱਚਿਆ ਗਿਆ ਜੀ। ਮਤਲਬ ਕਿ ਕਿਉਂਕਿ ਮੰਤਰੀ ਬੋਲੀ ਦਾ ਮਤਲਬ ਸਰਕਾਰ ਬੋਲ ਰਹੀ ਹੈ ਜੀ, MLA ਬੋਲੀ ਤਾਂ ਹੋਰ ਗੱਲ ਹੁੰਦੀ ਹੈ। ਪਰ ਉਸ ਤੋਂ ਮਗਰੋਂ ਜਦੋਂ ਅਖੀਰ ਵਿੱਚ ਇਹਨਾਂ ਨੇ ਕੋਈ ਉਸ ਫੈਸਲਾ ਨਹੀਂ ਸੁਣਾਇਆ, ਸਿਰਫ ਕਿਹਾ ਜੀ SIT ਬਣਾਵਾਂਗੇ, ਬਸ ਇੱਕਦਮ ਪ੍ਰੋਸੀਡਿੰਗ ਖਤਮ ਕਰਤੀ। ਮੈਂ ਉਸੇ ਟਾਈਮ ਕਿਹਾ ਵਾ ਕਿ ਇਹ ਤਾਂ ਬਹੁਤ ਬੜਾ ਧੋਖਾ ਹੋ ਗਿਆ, ਇਹ ਤਾਂ ਫੈਸਲਾ ਤੁਸੀਂ ਹੁਣੇ ਜੋ ਸਦਨ ਦੇ ਵਿੱਚ ਹੀ ਸੁਣਾ। ਉਦੋਂ ਮੈਂ ਉਸੇ ਟਾਈਮ ਪ੍ਰੋਟੈਸਟ ਕੀਤਾ, ਉਦੋਂ ਹੋਰ ਕੋਈ ਲੀਡਰ ਕੁਝ ਬੋਲਿਆ ਉਸ ਵੇਲੇ। ਉਸ ਤੋਂ ਮਗਰੋਂ ਇਹਨਾਂ ਨੇ ਕਾਂਗਰਸ ਬੜਾ ਵੱਡਾ ਪ੍ਰੋਪਗੈਂਡਾ ਸ਼ੁਰੂ ਕਰਤਾ ਜੀ, ਇਹ ਤਾਂ ਹੋ ਗਿਆ ਜੀ, ਪਾਸੇ ਦਾ ਕੈਪਟਨ ਸਾਹਿਬ ਨੂੰ ਵਧਾਈ ਹੋਵੇ, ਕੈਪਟਨ ਸਾਹਿਬ ਨੇ SIT ਬਣਾਤੀ, ਬਸ ਹੁਣ ਤਾਂ ਸਾਰਾ ਸਾਥ ਮਿਲ ਗਿਆ, ਪੂਰਾ ਪ੍ਰੋਪਗੈਂਡਾ ਕਾਂਗਰਸ ਨੇ। ਦੇਖੋ ਅਕਾਲੀਆਂ ਨੇ ਤਾਂ ਇਹਨੂੰ ਕਰਨ ਡਾਊਨ ਕਰਨਾ ਸੀ, ਕਾਂਗਰਸੀਆਂ ਨੇ ਪੂਰਿਆਂ ਨੇ ਪ੍ਰੋਪਗੈਂਡਾ ਸ਼ੁਰੂ ਕੀਤਾ, ਹੋਰ ਵੀ ਕੋਈ ਪੋਲੀਟੀਕਲ ਲੀਡਰ ਨਹੀਂ ਬੋਲਿਆ, ਮੈਂ ਇਕੱਲਾ ਹੀ ਸੀ ਉਦੋਂ ਬੋਲ ਰਿਹਾ। 28 ਤੋਂ ਬਾਅਦ 29-30 ਤਰੀਕ ਨੂੰ ਜਦੋਂ ਮੈਂ ਬਲਕਿ ਮੈਂ ਵੀ ਉਦੋਂ ਜਦੋਂ ਦੇਖਿਆ ਕਿ ਤਾਂ ਪੂਰੀ ਦੀ ਪੂਰੀ ਤਰ੍ਹਾਂ ਮਾਹੌਲ ਹੀ ਬਦਲਤਾ ਕੀਤਾ ਕੋਸ਼ਿਸ਼, ਤੇ ਇੱਥੋਂ ਤੱਕ ਬਰਗਾੜੀ ਵਾਲਾ ਮੋਰਚਾ ਵੀ ਚਲਾਉਣ ਲੱਗੇ ਸੀ, ਉਹ ਵੀ ਪ੍ਰਭਾਵ ਖਤਰਾਂ ਚੜ ਗਿਆ ਸੀ, ਕੁਛ ਦਾ ਬਣਾਉਣਾ ਸੀ ਜੀ, ਮੋਰਚਾ ਬਸਰ ਚੁੱਕ ਦੇਣਾ ਜੀ। ਉਦੋਂ ਕਿਉਂਕਿ ਮੈਂ ਸੋਚਿਆ ਕਿ ਹੁਣ ਵੱਡਾ ਕੰਮ ਲੈਣਾ ਪੈਣਾ, ਫਿਰ ਮੈਂ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਪਹਿਲੀ ਸਭਾ ਨੂੰ, ਉਹਦੇ ਵਿੱਚ ਮੈਂ ਕਿਹਾ ਕਿ ਪ੍ਰਧਾਨ ਮੰਤਰੀ ਇਹਨਾਂ ਨੇ ਜੋ ਕਿਹਾ ਜਾਂ ਤਾਂ ਉਹ ਕਰਕੇ ਦਿਖਾਉਣ, ਮੈਂ ਅਲਟੀਮੇਟਮ ਦੇਣਾ 15 ਦਿਨ ਦਾ ਟਾਈਮ ਦੇਣਾ ਜਾਂ ਉਹ ਕਰਕੇ ਦਿਖਾਉਣ, ਜੇ ਉਹ ਨਹੀਂ ਕਰ ਸਕਦੇ ਤਾਂ ਕੀਤੇ, ਮੈਂ ਕਿਹਾ ਸਿਰਫ ਤੁਹਾਡਾ ਅਸਤੀਫਾ ਮੰਗਦਾ, ਤੁਹਾਡੇ ਕੋਲ ਅਸਤੀਫਾ ਮੈਂ ਦਊਂਗਾ। ਉਸ ਫਿਰ ਮੈਂ ਇਹ ਅਨਾਊਂਸ ਕੀਤਾ ਤੇ ਉਸ ਤੋਂ ਮਗਰੋਂ ਇਹਨਾਂ ਨੇ ਕਿਹਾ ਕਿ ਤਾਂ ਬੜੇ ਘੱਟ ਦੇਣਾ, ਤੇ 13 ਸਤੰਬਰ ਨੂੰ ਉਧਰੋਂ ਹਾਈਕੋਰਟ ਨੇ ਸਟੇਜ ਦਿੱਤੀ। ਫਿਰ ਮੈਂ ਕਿਹਾ ਵੀ ਹੁਣ ਮੈਂ ਇਹਨੂੰ ਹਾਈਕੋਰਟ ਨੇ ਸਟੇਜ ਦਿੱਤੀ ਆ, ਮੈਂ ਇਹਨੂੰ ਪੋਸਟਪੋਨ ਕਰਦਾ, ਤੇ ਇਸ ਕਰਕੇ ਨਾਲੇ ਇਹਨਾਂ ਨੇ ਕਿਹਾ ਘੱਟ ਦੇਣਾ, ਚਲੋ ਹੋਰ ਲੈ ਲਓ। ਉਸ ਤੋਂ ਮਗਰੋਂ ਫਿਰ 2 ਤਰੀਕਾਂ ਪਈਆਂ, 3 ਪਈ ਤੇ 11 ਤਰੀਕ ਹਾਈਕੋਰਟ ਨੇ ਸਾਫ਼ ਕਰਤਾ ਕਿ ਸੰਜੇ ਸਾਹਿਬ ਦੇ ਖਿਲਾਫ਼ ਕੋਈ ਸਟੇ ਨਹੀਂ, ਸਿੰਘ ਦੇ ਖਿਲਾਫ਼ ਮੁਕੱਦਮਾ ਚਲਾਉਣ ਦੀ ਕੋਈ ਸਟੇ ਨਹੀਂ, ਉਸਦੇ ਖਿਲਾਫ਼ ਜਾਂਚ ਕਰਨ ਦੀ ਕੋਈ ਸਟੇ ਨਹੀਂ, ਇਨਵੈਸਟੀਗੇਸ਼ਨ ਹੁੰਦੀ ਆ, ਤੇ ਈਵਨ ਅਰੈਸਟ ਕਰਨ 'ਚ ਵੀ ਕੋਈ ਸਟੇ ਨਹੀਂ, ਸਿਰਫ 7 ਦਿਨ ਦਾ ਨੋਟਿਸ ਦੇਣਾ। ਉਦੋਂ ਕਲੀਅਰ ਹੋ ਗਏ, ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਹੁਣ ਇਹਨਾਂ ਦੀ ਨੀਤ ਦਿੱਤਾ, ਇਹ ਤੁਸੀਂ ਐਕਸ਼ਨ ਲੈਣਾ ਚਾਹੁੰਦੇ, ਤੇ ਮੈਂ ਜਿਵੇਂ ਉਦੋਂ ਅਨਾਊਂਸ ਕੀਤਾ ਸੀ ਗੁਰੂ ਨੂੰ ਤੇ ਆ ਕੇ ਅਰਦਾਸ ਕਰਕੇ ਅਨਾਊਂਸ ਕੀਤਾ ਸੀ, ਤੇ ਮੈਂ ਆਪਣਾ ਹਿੱਸਾ ਨਹੀਂ। ਠੀਕ ਆ, ਤੁਸੀਂ ਅਸਤੀਫਾ ਜ਼ਰੂਰ ਦੇ ਦਿੱਤਾ, ਪਰ ਮੈਂ ਇਹ ਗੱਲ ਤੁਹਾਨੂੰ ਪੁੱਛਣੀ ਚਾਹਾਂਗਾ ਕਿ ਅਸਤੀਫਾ ਇਸ ਦਾ ਹੱਲ ਆ ਕਿ ਜਾਂ ਕਿ ਕਾਨੂੰਨੀ ਕਾਰਵਾਈ ਇਹਦਾ ਹੱਲ ਆ, ਕੀ ਹੋਣਾ ਚਾਹੀਦਾ? ਦੇਖੋ ਗੱਲ ਇਹ ਹੈ, ਕਾਨੂੰਨੀ ਇਹ ਸਰਕਾਰ ਤਾਂ ਉਹਨਾਂ ਨਾਲ ਪੂਰੀ ਤਰ੍ਹਾਂ ਪਈ ਆ, ਜਿਹੜੀਆਂ ਉਹ ਤਾਂ ਸਭਾ ਸਾਨੂੰ ਚਾਹੁੰਦੇ ਆ, ਅਸੀਂ ਕੋਰਟ ਵਿੱਚ ਇਹਨਾਂ ਨੂੰ ਚੱਕ ਚੱਕ ਅਸੀਂ ਪਈਏ, ਜੋ ਸਰਕਾਰ ਦਾ ਕੰਮ ਉਹਦੀ ਬਜਾਏ ਅਸੀਂ ਕਰੀਏ, ਇਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਟ੍ਰੈਪ ਆ ਡੈਮੋਕ੍ਰੇਸੀ ਦੇ ਵਿੱਚ, ਜੋ ਆਪਣੇ ਅਸਤੀਫਾ ਦੇਣਾ ਉਹ ਬਹੁਤ ਇੱਕ ਤਰ੍ਹਾਂ ਦਾ ਇੱਕ ਤਰੀਕੇ ਦਾ ਪ੍ਰੋਟੈਸਟ ਹੁੰਦਾ, ਰੋਸ ਹੁੰਦਾ, ਉਹਨਾਂ ਦੇ ਉੱਤੇ ਜੋੜ ਪਾਉਣ ਦਾ ਤਰੀਕਾ ਹੁੰਦਾ। ਪਿਛਲੇ ਵਾਰੀ ਉਹਨੇ ਸਿੱਕੀ ਨੇ ਅਮਨਜੀਤ ਸਿੰਘ ਸਿੱਕੀ ਨੇ ਦਿੱਤਾ ਸੀ 2015 ਵਿੱਚ, ਠੀਕ ਆ, ਉਹ ਤੋਂ ਮਗਰੋਂ 2016 ਦੇ ਵਿੱਚ ਇਸ ਵਾਰੀ ਐਸ ਦੇ ਉੱਤੇ ਸਾਰੇ ਦੇ ਸਾਰੇ ਇਹ ਕਾਂਗਰਸ ਵਾਲਿਆਂ ਨੇ, ਜਦੋਂ ਬਾਦਲ ਕੁਛ ਕਰ ਰਹੇ ਬਾਦਲ ਦੀ ਸਰਕਾਰ, ਉਸ ਕਾਂਗਰਸ ਵਾਲੇ ਆਪੋਜੀਸ਼ਨ ਸੀ, ਕਾਂਗਰਸ ਦੇ MLA ਨੇ ਅਸਤੀਫਾ ਦਿੱਤਾ ਸੀ, ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜੋ ਲੋਕ ਸਭਾ ਦੀ ਸੀਟ ਹੈ ਉਸ ਤੋਂ ਅਸਤੀਫਾ ਦਿੱਤਾ ਸੀ। ਡੈਮੋਕ੍ਰੇਸੀ ਦੇ ਵਿੱਚ ਸਰਕਾਰੀ ਧਿਰ ਜਦੋਂ ਤੁਹਾਡੀ ਗੱਲ ਨਾ ਸੁਣ ਰਿਹਾ ਹੋਵੇ ਉਸ ਟਾਈਮ ਦੇ ਉੱਤੇ ਉਹਦੇ 'ਤੇ ਦਬਾਅ ਪਾਉਣ ਦੇ ਵਾਸਤੇ ਇੱਕ ਤਰੀਕਾ, ਦੂਜੀ ਗੱਲ ਇਹਨਾਂ ਨੇ ਮੁੱਦਾ ਖਤਮ ਕਰ ਦਿੱਤਾ ਸੀ, ਜੇ ਉਦੋਂ ਪਹਿਲੀ ਸਤ ਨੂੰ ਮੈਂ ਇਹ ਨਾ ਕਰਦਾ ਤਾਂ ਹੁਣ ਤੱਕ ਇਹ ਮੁੰਡਾ ਥੱਲੇ ਪਾਸੇ ਪਹਿਲਾਂ
ਸੀ ਕਿਉਂਕਿ ਇਹਨਾਂ ਨੇ ਵਿਧਾਨ ਸਭਾ ਤੋਂ ਨਿਕਲਦੇ ਸਰ ਅਗਲੇ ਦਿਨ ਕਹਿਣਾ ਸ਼ੁਰੂ ਕਰ ਠੀਕ ਹੈ ਜੀ। ਅਤੇ ਮੈਂ ਇੱਕ ਅਖੀਰਲਾ ਸਵਾਲ ਤੁਹਾਨੂੰ ਕਰਨਾ ਚਾਹਾਂਗਾ ਕਿ ਜਿਵੇਂ ਜੇ ਤੁਹਾਡਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਤਾਂ ਤੁਸੀਂ ਫਿਰ ਕਿਸ ਧੜੇ ਨਾਲ ਖੜੇ ਹੋਵੋਗੇ, ਖਹਿੜਾ ਧੜੇ ਦੇ ਨਾਲ ਜਾ ਕੇ ਤੁਸੀਂ ਉਹ ਕੀ ਫੈਸਲਾ ਲਾਓਗੇ? ਮੇਰਾ ਧੜਿਆਂ ਨਾਲ ਬਿਲਕੁਲ ਨਹੀਂ, ਮੈਂ ਤੁਹਾਨੂੰ ਕਹਿ ਸਕਦਾ ਮੈਂ ਦੋਨਾਂ ਨਾਲ ਮੈਂ ਤਾਂ ਸਭ ਮਤਲਬ ਵਿਧਾਨ ਸਭਾ ਦੇ ਵਿੱਚ ਮੈਂ ਪੂਰੀ ਕੋਸ਼ਿਸ਼ ਕੀਤੀ ਸੀ ਕਮ ਸੇ ਕਮ ਬੇਅਦਬੀ ਦੇ ਵਿੱਚ ਇਕੱਠੇ ਹੋ ਜਾਓ, ਕਰੇ ਗਿਆ ਮੈਂ ਜਾ ਕੇ ਉੱਥੇ ਤੱਕ ਆਇਆ ਕਿ ਬੇਅਦਬੀ ਵਾਲੇ ਮੁੱਦੇ ਤੋਂ ਆਪਾਂ ਇਕੱਠੇ ਇਕੱਠੇ ਹੋ ਜਾਓ, ਪਰ ਉਹ ਮੇਰੀਆਂ ਕੋਸ਼ਿਸ਼ਾਂ ਕੋਈ ਵਧੀਆ ਕਾਮਯਾਬ ਨਹੀਂ ਰਹੀਆਂ। ਠੀਕ ਹੈ ਜੀ, ਠੀਕ ਹੈ ਜੀ, ਫੁਲਕਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਸਿੱਖ ਚੈਨਲ ਨਾਲ ਜੁੜ ਕੇ ਆਪਣੇ ਵਿਚਾਰ ਤੁਸੀਂ ਦਿੱਤੇ ਹਨ, ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।